ਅਕਾਲ ਬਈ ਸਾਰਿਆਂ ਨੂੰ ਹੋਰ ਸੁਣਾਓ ਕਿੱਦਾਂ ਸਾਰੇ ਠੀਕ ਠਾਕ ਆ ਆਪਾਂ ਵੀ ਠੀਕ ਠਾਕ ਆ ਬਈ ਸਾਡੇ ਚੈਨਲ ਨੂੰ ਸਾਰੇ ਪਹਿਲਾਂ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਸਾਡੇ ਸਬਸਕ੍ਰਾਈਬਰ ਬਹੁਤ ਘੱਟ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਜਾ ਰਹੇ ਹਾਂ ਜੀ ਹਸਪੀਟਲ ਤੇ ਹਸਪੀਟਲ ਜਾ ਕੇ ਅੱਗੇ ਦੀ ਵੀਡੀਓ ਤੁਹਾਨੂੰ ਦਿਖਾਵਾਂਗੇ ਸੋ ਸਭ ਤੋਂ ਪਹਿਲਾਂ ਸਾਡੇ ਚੈਨਲ ਜਿਵੇਂ ਇਹਨਾਂ ਨੇ ਕਿਹਾ ਕਿ ਸਬਸਕ੍ਰਾਈਬ ਕਰੋ ਜੀ ਸਬਸਕ੍ਰਾਈਬਰ ਬਹੁਤ ਘੱਟ ਨੇ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਸਾਰਿਆਂ ਨੂੰ ਤਾਂ ਕਿ ਤੁਹਾਡੀ ਸਪੋਰਟ ਦੇ ਨਾਲ ਹੀ ਸਾਡਾ ਚੈਨਲ ਜਿਹੜਾ ਉਹ ਗਰੋ ਕਰੂਗਾ ਵੀ ਅਸੀਂ ਹੋਸਪਿਟਲ ਤੋਂ ਅਤੇ ਮਾਰਕੀਟ ਤੋਂ ਆ ਕੇ ਅਸੀਂ ਫਿਰ ਘਰ ਖਾਧੀ ਮੈਗੀ ਅਤੇ ਮੈਗੀ ਸਾਡੀ ਮੰਮਾ ਨੇ ਬਣਾਈ ਸੀ ਸਰਦਾਰ ਸਾਹਿਬ ਤਿਆਰ ਬੈਠੇ ਆ ਮੈਗੀ ਨੂੰ ਮੋਰਚਾ ਮਾਰਨ ਨੂੰ ਆਹ ਦੋਨੋਂ ਨੂਰ ਹੋਣੀ ਵੀ ਇਹਨਾਂ ਦੀ ਮੈਗੀ ਆ ਰਹੀ ਆ ਨੂਰ ਮੈਗੀ ਦੀਦੀ ਉਹ ਮੈਗੀ ਸਵਾਦ ਲੱਗਦੀ ਆ ਤੇ ਸਬਸਕ੍ਰਾਈਬ ਬਾਰੇ ਵੀ ਕਹੋ ਨੂਰ ਤੈਨੂੰ ਸਵਾਲ ਲੱਗਦੀ ਕੀ ਕਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਵਾਲ ਲੱਗਦੀ ਮੈਗੀ ਹੈ ਕਿੰਨੀ ਕੁ ਇਹ ਸਾਡੀ ਪੀਜੂ ਆ ਤੇ ਪੀਜੂ ਸਾਡਾ ਬੱਚਾ ਹਲੇ ਹੈਗਾ 5 ਸਾਲ ਦਾ ਅਗਲੇ ਸਾਲ ਇਹਨੂੰ ਸਕੂਲ ਪਾਉਣਾ ਹੈ ਬਹੁਤ ਇੰਟੈਲੀਜੈਂਟ ਹੈਗਾ ICSE ਬੋਰਡ ਪੜ੍ਹਦਾ ਹੈਗਾ ਸ਼੍ਰੀ ਹਰਕ੍ਰਿਸ਼ਨ ਸਕੂਲ ਕਿਹੜੇ ਚੌਂਕ ਕੋਲੇ ਆਏ ਗੋਲਡਨ ਐਵਨਿਊ ਹੈਗਾ ਹੈ ਤੇ ਸਾਡਾ ਬੱਚਾ ਬਹੁਤ ਇੰਟੈਲੀਜੈਂਟ ਹੈਗਾ ਹੈ ਹਰ ਵਾਰੀ ਕਲਾਸ ਵਿੱਚ ਫਸਟ ਆਉਂਦਾ ਕਿ ਸੈਕਿੰਡ ਫਸਟ ਆਉਂਦਾ ਫਸਟ ਨੂਰੂ ਸਾਡੀਆਂ ਬਈ ਨਵੀਆਂ ਨਵੀਆਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਸ਼ੇਅਰ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਨੂਰ ਦੱਸ ਫਿਰ ਸਾਡੀ ਅੱਜ ਜੀ ਸਾਡੇ ਬਣਿਆ ਆ ਜੀ ਮਿੱਠਾ ਭੜਥਾ ਪਨੀਰ ਵਾਲਾ ਬੈਂਗਨ ਦਾ ਨਾਲ ਪਨੀਰ ਦੀ ਭੁਰਜੀ ਸੈਲਡ ਨਾਲ ਫੁਲਕੇ ਅਸਕਾ ਬਈ ਸਾਰਿਆਂ ਨੂੰ ਹੋਰ ਸੁਣਾਓ ਕਿੱਦਾਂ ਸਾਰੇ ਠੀਕ ਠਾਕ ਆ ਚਲ ਆਇਓ ਫਿਰ ਹੁਣ ਨੂਰ ਬੇਟਾ ਪੀ ਜਾ ਰੋਟੀ ਲੋ ਜੀ ਅੱਜ ਅਸੀਂ ਗਏ ਸੀਗੇ ਮਾਰਕੀਟ ਤੇ ਮਾਰਕੀਟ ਚ ਅਸੀਂ ਸਾਰਾ ਦਿਨ ਬਿਜ਼ੀ ਹੋ ਗਏ ਤੇ ਇਸ ਕਰਕੇ ਅਸੀਂ ਅੱਜ ਜਾਣਾ ਸੀ ਆਪਣੇ ਪਿੰਡ ਤੇ ਪਿੰਡ ਸਾਡੇ ਕੋਲ ਜਾਇਆ ਨਹੀਂ ਗਿਆ ਫਿਰ ਬੱਚੇ ਵੀ ਥੋੜਾ ਇਨਸਿਸਟ ਕਰਨ ਲੱਗ ਪਏ ਵੀ ਨਹੀਂ ਜੀ ਰਹੋ ਅੱਜ ਘਰ ਤੇ ਕੱਲ ਅਸੀਂ ਜਾਣਾ ਹੈ ਆਪਣੇ ਪਿੰਡ ਆਪਣੇ ਘਰ ਤੇ ਫਿਰ ਕੱਲ ਦਾ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਪੂਰਾ ਵਲੌਗ ਆਪਣੇ ਘਰ ਦਾ ਵੀ ਅਸੀਂ 3-4 ਦਿਨ ਤੋਂ ਆਪਣੇ ਮਤਲਬ ਸ਼ਹਿਰ ਰਹਿ ਰਹੇ ਹਾਂ ਅੰਮ੍ਰਿਤਸਰ ਆਪਣੇ ਸਹੁਰੇ ਘਰ ਰਹਿ ਰਹੇ ਹਾਂ ਇਹਨਾਂ ਦੇ ਸਹੁਰੇ ਮੇਰੇ ਪੇਕੇ ਹਾਂਜੀ ਹੁਣ ਅਸੀਂ ਮਤਲਬ ਕੱਲ ਜਾਵਾਂਗੇ ਆਪਣੇ ਪਿੰਡ ਜੋ ਮੈਂ ਗਿਆ ਮਹਿਤਾ ਚੌਂਕ ਕੋਲੇ ਚਲੋ ਠੀਕ ਹੈ ਬਾਈ ਸਤਿ ਸ਼੍ਰੀ ਅਕਾਲ ਮਿਲਾਂਗੇ ਜੀ ਤੁਹਾਨੂੰ ਆਪਣੀ ਅਗਲੀ ਵੀਡੀਓ 'ਚ ਸੋ ਇਸੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਪਲੀਜ਼ ਸਪੋਰਟ ਕਰੋ ਗਾਈਸ ਜਿੰਨਾ ਵੀ ਹੋ ਸਕੇ
भाई खाना पाउन खा लिया गया या पाउन खा रहे हैं। खाने तो बाद कुछ मीठा देखो ये प्योर देसी घ्यो दी गुलाम जामुन है छोटे छोटे क्या चेक करो मतलब शर्मा स्वीट शॉप हैगी ते ए प्योर देसी घ्यो दा ही मटीरियल मिलता है इत्थों प्योर देसी घी प्रिपरेशन छोटे छोटे गुलाम जामुन बहुत टेस्टी है भाई और फिर अज नूरी का फेवरेट बनिया अज बैंगन का भरता है नूरी किन्ने फुलके खाने फिर अज तीन सवेरे जा रहे हैं अपने घर ते ओदी वीडियो बना के तुहानू दिखाया जाऊगा हां जी।